ਅੱਜ ਅਸੀਂ ਪਿੰਡ ਬਲੇਰ ਹਲਕਾ ਖੇਮ ਕਰਨ ਤਰਨਤਾਰਨ ਵਿਖੇ ਪਹੁੰਚੇ ਆਇਆ ਕਿ ਜਿਹੜੀ بارش ਦੇ ਨਾਲ ਫਸਲ ਦਾ ਨੁਕਸਾਨ ਹੋਇਆ ਹੈ ਕਣਕ ਦਾ ਨੁਕਸਾਨ ਹੋਇਆ ਹੈ ਉਹਦਾ ਜਾਇਜ਼ਾ ਲੈਣ ਔਰ ਨਾਲ ਹੀ ਜਿਹੜਾ ਸੁੱਤਾ ਪਿਆ ਹੈ ਇਸ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕਿ ਜਿੰਨੂੰ ਆਪ ਨਿਕਲਣਾ ਚਾਹੀਦਾ ਹੈ ਜਿਹਦੇ ਵਰਕਰਾਂ ਨੂੰ ਨਿਕਲਣਾ ਚਾਹੀਦਾ ਵਾਅਦੇ ਤੇ ਬੜੇ ਕਰਦੇ ਸੀ ਇਲੈਕਸ਼ਨ ਤੋਂ ਪਹਿਲੇ ਕਿ ਅਸੀਂ ਆਮ ਆਦਮੀ ਦੀ ਸਰਕਾਰ ਹੈ ਪਰ ਇਹ ਸਿੱਧ ਕਰਤਾ ਇਹਨਾਂ ਨੇ ਕਿ ਆਮ ਆਦਮੀ ਦੀ ਸਰਕਾਰ ਨਹੀਂ ਹੈ ਖਾਸ ਆਦਮੀ ਦੀ ਸਰਕਾਰ ਨੇ ਇਹਨਾਂ ਨੂੰ ਕੋਈ ਚਿੰਤਾ ਨਹੀਂ ਇਹਨਾਂ ਨੂੰ ਕੋਈ ਦਰਦ ਨਹੀਂ ਕਿਸਾਨ ਦਾ ਕਿ ਅੱਜ ਕਿਸਾਨ ਜਿਹੜਾ ਕਰਜ਼ਾਈ ਹੋ ਗਿਆ ਆਤਮ ਹੱਤਿਆ ਕਰ ਰਿਹਾ ਹੁਣ ਤੁਸੀਂ ਦੇਖੋ ਇਹ ਫਸਲਟੀ ਬਰਬਾਦ ਹੋ ਗਈ ਹੈ ਇਹਦੀ ਕੰਪਨਸੇਸ਼ਨ ਕਿੰਨੇ ਦੇਣੀ ਹੈ ਇਹ ਸਿਰਫ ਵਾਅਦੇ ਕਰਦੇ ਨੇ ਇਰਾਦੇ ਨਹੀਂ ਹੈਗੇ ਉਹਦੇ ਕਾਰਨ ਇਹਨਾਂ ਦਾ ਅੱਜ ਚੌਂਕੀਦਾਰ ਬੀਜੇਪੀ ਹੈ ਕਿਉਂਕਿ ਆਪੋਜੀਸ਼ਨ 'ਚ ਹੈਗੇ ਆ ਅਸੀਂ ਚੌਂਕੀਦਾਰ ਦਾ ਰੋਲ ਕਰਦੇ ਇਹਨਾਂ ਨੂੰ ਜਗਾਣ ਆਏ ਆ ਕੌਮ ਕਰਨ ਦੀ ਨੀਂਦ ਤੋਂ ਕਿ ਮਿਨੀਮਮ 50000 ਰੁਪਇਆ 3 ਏਕੜ ਜਿਹੜਾ ਉਹ ਮੁਆਵਜ਼ਾ ਜਿਹੜਾ ਦਿੱਤਾ ਹੈ ਕੇਂਦਰ ਸਰਕਾਰ ਤੇ ਦੇਣ ਨੂੰ ਤਿਆਰ ਹੈ ਮੋਦੀ ਸਰਕਾਰ ਤੇ ਦੇਣ ਨੂੰ ਤਿਆਰ ਹੈ ਪਰ ਇਹ ਮੋਦੀ ਸਰਕਾਰ ਦਾ ਹੱਥ ਨਹੀਂ ਫੜਦੇ ਇੱਥੇ ਜਿਹੜੀ ਕਿਸਾਨ ਬੀਮਾ ਯੋਜਨਾ ਹੈ ਉਹ ਲਾਗੂ ਨਹੀਂ ਕਰਦੇ ਇਸੇ ਤਰ੍ਹਾਂ ਮੋਦੀ ਸਾਹਿਬ ਨੇ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਹੈ ਲਾਗੂ ਕੀਤੀ ਨਿਯੰਤਮ ਸਵਰਥਨ ਮੂਲ ਫਸਲਾਂ ਦਾ ਅੱਜ ਕਿਸਾਨ ਨੂੰ ਦੁਗਣਾ ਤਿਗਣਾ ਮੁੱਲ ਮਿਲਦਾ ਪਿਆ ਇਸੇ ਤਰ੍ਹਾਂ ਯੂਰੀਆ ਜਿਹੜਾ ਡਾਂਗਾ ਪੈਂਦੀ ਸੀ ਪੁਲਿਸ ਦੇ ਡਾਂਗਾ ਖਾਣੀਆਂ ਪੈਂਦੀ ਸੀ ਕਿਸਾਨ ਨੂੰ ਅੱਜ ਨੀਮ ਯੂਰੀਆ ਜਿਹੜਾ ਹੈਗਾ ਨੀਮ ਕੋਟਿਡ ਯੂਰੀਆ ਉਹ ਆਮ ਜਿਹੜਾ ਉਪਲਬਧ ਹੈ ਇਸੇ ਤਰ੍ਹਾਂ ਹੋਰ ਜਿਹੜੀਆਂ ਖੇਤੀ ਦੀਆਂ ਸਕੀਮਾਂ ਨੇ ਉਹਨਾਂ ਦੀ ਸਾਰੇ ਮਾਈਕਰੋ ਨਿਊਟ੍ਰੀਐਂਟ ਨੇ ਜਿਹੜੇ ਉਹ ਜਿਹੜੇ ਤੱਤ ਨੇ ਜ਼ਮੀਨ ਨੂੰ ਉਪਜਾਊ ਬਣਾਉਂਦੇ ਉਹ ਤੱਤ ਇੰਪਰੂਵ ਕਰਨ ਲਈ ਜਿਹੜੀ ਇਹ ਕੇਂਦਰ ਸਰਕਾਰ ਪੂਰੀ ਤਰ੍ਹਾਂ ਲੱਗੀ ਹੋਈ ਹੈ ਪਰ ਭਗਵਾਨਤਮਾਨ ਕੁੰਭ ਕਰਨ ਦੀ ਨੀਂਦ ਸੁੱਤੀ ਹੋਈ ਹੈ ਢੋਲ ਵਜਾ ਕੇ ਬੀਜੇਪੀ ਦੇ ਲੋਕ ਅੱਜ ਅਸੀਂ ਜਨਤਾ ਦੇ ਨਾਲ ਖੜਕੇ ਜਨਤਾ ਦੀ ਲੜਾਈ ਲੜਾਂਗੇ ਕਿਸਾਨ ਦੀ ਲੜਾਈ ਲੜਾਂਗੇ ਔਰ ਇਹ ਕੁੰਭ ਕਰਨ ਗਵਰਨਰ ਨੂੰ ਮਜਬੂਰ ਕਰਾਂਗੇ ਕਿਉਂ ਕਿਸਾਨਾਂ ਦਾ ਜਿਹੜਾ ਮੁਆਵਜ਼ਾ ਬੰਦਾ ਜਿਹੜਾ ਉਹਨਾਂ ਦਾ ਹੱਕ ਬੰਦਾ ਹੈ ਉਹਨੂੰ ਪੂਰਾ ਕਰੇ ਮੁੱਖ ਮੰਤਰੀ ਸਾਹਿਬ ਨੇ ਐਲਾਨ ਤਾਂ ਕੀਤਾ ਹੈ ਕਿ ਹਰ ਕਿਸਾਨ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇਗਾ ਜਿੱਦੀ ਫਸਲ ਨੁਕਸਾਨੀ ਗਈ ਹੈ ਮੁੱਖ ਮੰਤਰੀ ਨੇ ਤਾਂ ਇਹ ਵੀ ਐਲਾਨ ਕੀਤਾ ਸੀ ਕਿ ਹਰ ਬੀਬੀ ਭੈਣ ਨੂੰ 1000 ਰੁਪਏ ਜਿਹੜਾ ਉਹਦੇ ਅਕਾਊਂਟ 'ਚ ਆਏਗਾ ਅਸੀਂ ਕਾਲਜ ਖੋਲ੍ਹਾਂਗੇ ਅਸੀਂ ਸਕੂਲ ਖੋਲ੍ਹਾਂਗੇ ਉਹਦੇ ਝੂਠੇ ਵਾਦੇ ਨੇ ਕੋਈ ਕਿਸੇ ਵਾਦੇ ਨੂੰ ਉਹਨੇ ਪੂਰਾ ਨਹੀਂ ਕੀਤਾ ਰਾਜ ਉਹਨਾਂ ਨੂੰ ਭੱਜਣ ਦਾ ਰਸਤਾ ਨਹੀਂ ਮਿਲਦਾ ਪਿਆ ਜਨਤਾ ਪਿੱਛੇ-ਪਿੱਛੇ ਮਗਰ-ਮਗਰ ਹੈ ਔਰ ਉਹ ਪੱਜੀ ਜਾਂਦੇ ਨੇ ਅੱਜ ਸਰਕਾਰ ਜਿਹੜੀ ਹੈ ਇਹ ਆਮ ਬੰਦੇ ਦੇ ਮੂੰਹ ਤੇ ਆ ਗਿਆ ਕਿ ਸਰਕਾਰ ਜਿਹੜੀ ਹੈਗੀ ਇਹ ਦੋ ਚਾਰ ਮਹੀਨਿਆਂ ਦੇ ਵਿੱਚ ਖਤਮ ਹੋਏ ਸਰ ਪਾਰਟੀ ਵੱਲੋਂ ਬੋਲਦੇ ਹੋ ਕੀ ਕਹਿਣਾ ਚਾਹੋਗੇ ਜਿਨ੍ਹਾਂ ਦੀ ਫਸਲ ਖਰਾਬ ਹੋਈ ਹੈ ਕਿੰਨਾ ਮੁਆਵਜ਼ਾ ਮਿਲਣਾ ਚਾਹੀਦਾ 50000 ਰੁਪਏ ਮਿਨੀਮਮ ਜਿਹੜਾ ਕਿ ਠੇਕਾ ਦਿੰਦਾ ਕਿਸਾਨ 50000 ਰੁਪਏ ਮਿਨੀਮਮ ਜਿਹੜਾ ਮੁਆਵਜ਼ਾ ਪਰ ਏਕੜ ਮਿਲਣਾ ਚਾਹੀਦਾ ਤੇ ਤੌਰ ਤੇ ਸਮੁੱਚੀ ਲੀਡਰਸ਼ਿਪ ਦੇ ਨਾਲ ਪਿੰਡ ਬਲੇਰ ਵੇਖੇ ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਜਿਹੜੇ ਉਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਟੀਮ ਆ ਦੌਰਾ ਕਰ ਰਹੀ ਆ ਕਿ ਜਿਹੜਾ ਵੀ ਇਹ ਕਿਸਾਨਾਂ ਤੇ ਇਹ ਕਹਿਰ ਹੋਇਆ ਹੈ ਕਿ ਜਿਹੜਾ ਉਹਨਾਂ ਦੀਆਂ ਫਸਲਾਂ ਦਾ ਜਿਹੜਾ ਨੁਕਸਾਨ ਆ ਉਹ ਬੜੇ ਵੱਡੇ ਪੱਧਰ ਤੇ ਹੋਇਆ ਹੈ ਤੇ ਜਿਹੜੀ ਮੌਜੂਦਾ ਸਰਕਾਰ ਆ ਉਹਦੇ ਸੰਬੰਧ ਚ ਕਿ ਉਹ ਜਿਹੜੀ ਸੁਤੀ ਭਗਵੰਤ ਮਾਨ ਦੀ ਸਰਕਾਰ ਉਹਨੂੰ ਜਗਾਉਣ ਵਾਸਤੇ ਕਿ ਤਾਂ ਕਿ ਜਿਹੜੇ ਕਿਸਾਨਾਂ ਦੀਆਂ ਜੜੀਆਂ ਵਾ ਉਹ ਹਰ ਮੰਗ ਨੂੰ ਧਿਆਨ ਚ ਰੱਖਦੇ ਆ ਜਿਹੜੇ ਇਹਨਾਂ ਝੂਠੇ ਲਾਰੇ ਲਾ ਕੇ ਜਿਹੜੀ ਇਹ ਸਰਕਾਰ ਆ ਉਹ ਹੋਂਦ ਵਿੱਚ ਆਈ ਸੀ ਤੇ ਅੱਜ ਸਮੂਚੀ ਲੀਡਰਸ਼ਿਪ ਨੇ ਸਾਰਾ ਕਿਸਾਨਾਂ ਦਾ ਜਨਾ ਵੀ ਨੁਕਸਾਨ ਹੋਇਆ ਅਸੀਂ ਖੇਤਾਂ ਦੇ ਵਿੱਚ ਜਾ ਜਾ ਕੇ ਖੁਦ ਵੇਖਿਆ ਤੇ ਜਿਹੜੀ ਸੋਤੀ ਹੋਈ ਸਰਕਾਰ ਹੈ ਇਹਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਘਟੋ ਘਟ ਜਿਹੜਾ ਇਹ ਕਿਸਾਨਾਂ ਨੂੰ ప్రతి ਏਕੜ ਪਈ 1000 ਦੇ ਹਿਸਾਬ ਦੇ ਨਾਲ ਮੁਆਇਜ਼ਾ ਦੇ ਕੇ ਇਹਨਾਂ ਦਾ ਜਿਹੜਾ ਹੱਕ ਹੈ ਉਹ ਪੂਰਾ ਕੀਤਾ ਜਾ